ਹੈਲੋ ਫਰੈਂਡਸ ਤੇ ਕੀ ਹਾਲ ਨੇ ਸੋਡੇ ਵਧੀਆ ਹੋਰ ਸਭ ਤੇ ਆਪਣੇ ਅੱਜ ਆਪਾਂ ਵੀਰ ਨੂੰ ਮਿਲਣ ਆਏ ਸੀ ਗੁਰਪ੍ਰੀਤ ਸੋਤਾਨੂ ਬਾਈ ਜੀ ਬਹੁਤ ਵਧੀਆ ਦਿਲ ਦੇ ਸਾਫ ਨੇਗੇ ਮਿਲ ਕੇ ਬਹੁਤ ਖੁਸ਼ ਹੋਈ ਅੱਗੇ ਤੁਹਾਨੂੰ ਬਾਈ ਜੀ ਦੱਸਣਗੇ ਸੱਚੀ ਗੱਲ ਦੋਸਤੋ ਹਾਂਜੀ ਮੈਂ ਆਪਣੇ ਗੁਰਪ੍ਰੀਤ ਸੋਤਾ ਬਣਾ ਵਾਲੀ ਤੇ ਨਾਲ ਸਾਦੇ ਵੀਰ ਐਮ ਕੇ ਆਦ ਜੇ ਜੇ ਗੱਲ ਤੇ ਦੋਨੀ ਲਿਖਦੇ ਆ ਤੇ ਦੋਨੀ ਗਾਉਂਦੇ ਆ ਤੇ ਆਉਣ ਵਾਲੇ ਸਮੇਂ ਚਾਪਾ ਬਾਈਆਂ ਦੇ ਗਾਣੇ ਗਾ ਮਾ ਨੇ ਤੇ ਬਹੁਤ ਕਹਿੰਤ ਗਾਣੇ ਆ ਮੈਨੂੰ ਚੁਣਾ ਕੇ ਗਏ ਆ ਤੇ ਆਪਣੇ ਹਦੇ ਕੇ ਗਾਣੇ ਨੂੰ ਲਾਇਕ ਛੇਅਰ ਕਮੈਂਟ ਕਰਦੇ ਆ ਤੇ ਜਿਹਨੇ ਹਜੇ ਤੱਕ ਚੈਨਲ ਨੂੰ ਛਪ ਛਿਕ ਡੈਵਲ ਨਹੀਂ ਕਰਿਆ ਉਹ ਕਰ ਲੈਣ ਤੇ ਇੱਕ ਛਾਦੇ ਵੀਰ ਗੋਗੀ ਦੀਪ ਪਤੇ ਵਾਲੇ ਦਾ ਲਿਖਿਆ ਹੋਇਆ ਸੀ ਗਾਣਾ ਤੇ ਉਹ ਛੋਨੂੰ ਸੁਣਾਉਣ ਜਾ ਰਹੇ ਆ ਤੇ ਉਹ ਗਾਣਾ ਛੇ ਜਲਦੀ ਮਿਊਜ਼ਿਕ ਦੇ ਨਾਲ ਲੈ ਕੇ ਆਵਾਂਗੇ ਤੇ ਉਸ ਦੀਆਂ ਚੰਦ ਲੈਣਾ ਪੇਸ਼ ਕਰਨੇ ਜਾ ਰਹੇ ਹਾਂ ਨਾਲ ਗਾਰੇ ਮੰਗੂ ਲੱਗ ਥਾਨੇ ਤੇ ਕਚਹਿਰੀਆਂ ਤੀਜੇ ਦਿਨ ਰਹਿੰਦੀ ਓਏ ਪੇਛੀ ਜੱਤ ਦੀ ਨਾਲ ਗਾਰੇ ਮੰਗੂ ਲੱਗੇ ਥਾਨੇ ਤੇ ਕਚਹਿਰੀਆਂ ਤੀਜੇ ਦਿਨ ਰਹਿੰਦੀ ਓਏ ਪੇਛੀ ਜੱਤ ਦੀ ਰੈਂਦਾ ਬੰਦ ਬਣਾ ਵਾਲੀ ਜੀ ਨੂੰ ਆਖਦੇ ਛੋਤਾ ਜੀ ਅਦੱਕਦਾਈ ਚਾਬ ਵਾਰਾ ਮੋਤਾ ਮੋਤਾ ਜੀ ਰੈਂਦਾ ਬੰਦ ਬਣਾ ਵਾਲੀ ਜੀ ਨੂੰ ਆਖਦੇ ਛੋਤਾ ਜੀ ਰੱਖਦਾ ਈ ਸ਼ਾਬ ਵਾਰਾ ਮੋਤਾ ਮੋਤਾ ਜੀ ਲਿਖਦਾ ਏ ਗੋਗੀ ਗੱਲਾਂ ਖਰੀਆਂ ਲਿਖਦਾ ਏ ਦੀਪ ਗੱਲਾਂ ਖਰੀਆਂ ਨਾਲ ਕੇ ਦੇ ਮੰਗੂ ਲੱਗੇ ਥਾ ਨੇ ਤੇ ਗਜਰੀਆਂ ਤੀਜੇ ਦਿਨ ਰੰਦੀ ਹੋਏ ਪੇਛੇ ਜਾਂ ਤਦੀ ਨਾਲ ਕੇ ਦੇ ਮੰਗੂ ਲੱਗੇ ਥਾ ਨੇ ਤੇ ਗਜਰੀਆਂ ਈ ਜੇ ਦਰਨ ਦੇੰਦੀ ਹੋਏ ਪੇਛੀ ਜੱਤ ਦੀ ਹਾਂਜੀ ਜੇ ਕਿਸ ਨੂੰ ਚੱਗਾ ਲੱਗਿਆ ਤਾਂ ਵੱਧ ਤੋਂ ਵੱਧ 6000 ਲਾਇਕ ਕਮੈਂਟ ਤੇ ਜਿਹਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬਰ ਕਰਿਆ ਉਹ ਕਰ ਲੈਣਾ ਤੇ ਬੈਲ ਵੀ ਆਨ ਕਰ ਲੈਣਾ ਤੇ ਜੋ ਅਸੀਂ ਜਲਦੀ ਤੋਂ ਜਲਦੀ ਨਵੀਂ ਅਪਡੇਟ ਛੋਦੇ ਲਈ ਲੈ ਕੇ ਆਉਂਦੇ ਰਹਾਂਗੇ ਬਾਕੀ ਬਾਈ ਦਾ ਅੱਛਾ ਹਾਂਜੀ